ਮਾਲਵਾ ਬੈਟਲਿਵ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਹ ਵੀਡੀਓ ਇੱਕ ਆਵਾਜ਼ ਹੈ ਇੱਕ بلند ਆਵਾਜ਼ ਹੈ ਉਹਨਾਂ ਪੈਨਪ੍ਰਾਵਾਂ ਦੀ ਜਿਹੜੇ ਕੀ 2021-22-23 ਤੋਂ ਕਾਫੀ ਪੇਪਰ ਦੇ ਚੁੱਕੇ ਨੇ ਹਾਲਾਂਕਿ ਇਕੱਲੇ 2021-22 ਤਹੀ ਨਹੀਂ ਬਹੁਤ ਹੀ ਪਹਿਲਾਂ ਦੇ ਸਮੇਂ ਵਾਲੇ ਵੀ ਜਿਹੜੇ 16 ਤੋਂ ਲੈ ਕੇ ਹਜੇ ਤੱਕ ਪੇਪਰ ਦਿੰਦੇ ਆ ਰਹੇ ਨੇ ਜਿਨ੍ਹਾਂ ਦੀ ਉਮਰ ਜਿਹੜੀ ਲੰਘ ਗਈ ਹੈ ਬਟ ਹਜੇ ਤੱਕ ਉਹਨਾਂ ਦੇ ਹੌਸਲੇ ਨਹੀਂ ਟੁੱਟੇ ਉਹਨਾਂ ਦੀ ਇੱਕ ਆਵਾਜ਼ ਬਣ ਕੇ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੇ ਭੈਣ ਭਰਾਵਾਂ ਤੱਕ ਇਹ ਗੱਲ ਪਹੁੰਚਾਉਣਾ ਚਾਹਨਾ ਤੇ ਦੂਸਰੀ ਗੱਲ ਹੈ ਆਪਾਂ ਗਵੰਤਮ ਸਰਕਾਰ ਅੱਗੇ ਅਪੀਲ ਕਰਨਾ ਚਾਹਾਂਗਾ ਇਸ ਵੀਡੀਓ ਦੇ ਜ਼ਰੀਏ ਜੇ ਅਗਰ ਉਹਨਾਂ ਤੱਕ ਇਹ ਪਹੁੰਚਦੀ ਹੈ ਕਹਿਣ ਦਾ ਭਾਅ ਉਹਨਾਂ ਦੇ ਜਿਨ੍ਹਾਂ ਨੇ ਸਾਖੀ ਸੰਧੀ ਹੈ ਉਹਨਾਂ ਤੱਕ ਜੇ ਇਹ ਗੱਲ ਪੁੱਜਦੀ ਹੈ ਤਾਂ ਬਹੁਤ ਹੀ ਤਾਂ ਕਿ ਬੱਚਿਆਂ ਦੀ ਜਿਹੜੇ ਇਹ ਛੋਟੀਆਂ-ਛੋਟੀਆਂ ਪ੍ਰੋਬਲਮਸ ਨੇ ਜਿਹੜੀਆਂ ਬਹੁਤ ਚਿਰ ਤੋਂ ਹਜੇ ਤੱਕ ਹੱਲ ਨਹੀਂ ਹੋਈਆਂ ਉਹ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾਣ ਕਿਉਂਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਜ਼ਰੀਆ ਹੁੰਦਾ ਹੈ ਜਿਸ ਦੇ ذریعے ਹਰ ਇੱਕ ਦੀ ਆਵਾਜ਼ ਉਠਾਈ ਜਾ ਸਕਦੀ ਹੈ ਚਾਹੇ ਉਹ ਉਸ ਦਾ ਹੱਲ ਹੋਵੇ ਜਾਂ ਨਾ ਹੋਵੇ ਬਟ ਆਪਾਂ ਅਪੀਲ ਕਰ ਸਕਦੇ ਹਾਂ ਬੱਚਿਆਂ ਦੀ ਤੌਰ ਤੇ ਸੋ ਇਸੇ ਕਰਕੇ ਅੱਜ ਮਾਲਵਾ ਬੈਡ ਲਾਈਵ ਤੁਹਾਡੇ ਨਾਲ ਮਿਲ ਕੇ ਸਹਿਮਤ ਹੋ ਕੇ ਬੱਚਿਆਂ ਦੇ ਨਾਲ ਇੱਕ ਛੋਟੀ ਜੀ ਵੀਡੀਓ ਬਣਾ ਰਿਹਾ ਜਿਸ ਦੇ ذریعے ਬੱਚਿਆਂ ਦਾ ਇੱਕ ਮੈਸੇਜ ਹੈ ਜਿਹੜਾ ਮੈਂ ਪੂਰਾ ਕਰਨਾ ਚਾਹੁੰਦਾ ਠੀਕ ਹੈ ਇਸ ਵੀਡੀਓ ਸੋ ਵੀਡੀਓ ਨੂੰ ਦਬਕੇ ਤੁਸੀਂ ਲਾਈਕ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਦੇਣੇ ਜੇਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਰਹਿ ਗਈ ਹੋਵੇ ਆਪਾਂ ਫਿਰ ਅਗਲੀ ਵੀਡੀਓ ਤੱਕ ਲੈ ਕੇ ਜਾਵਾਂਗੇ ਤੇ ਦੂਸਰੀ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਨਵੇਂ ਆਏ ਹੋ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਸੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਸੋ ਦੋਸਤੋ ਪਹਿਲੀ ਗੱਲ ਇਹ ਹੈ ਵੀ ਆਪਣੇ ਜਿਵੇਂ ਕਿ ਪੰਜਾਬ ਦੇ ਵਿੱਚ ਸਾਰੇ ਮਿਡਲ ਕਲਾਸ ਫੈਮਲੀਆਂ ਨੂੰ ਬਿਲੋਂਗ ਕਰਦੇ ਆ ਤੇ ਜ਼ਿਆਦਾਤਰ ਕਹਿੰਦਾ ਪਾਪ ਆਪਣੇ ਜਿਹੜੇ ਬੱਚੇ ਆ ਉਹ ਬਹੁਤ ਹੀ ਗਰੀਬ ਘਰਾਂ ਤੋਂ ਬਿਲੋਂਗ ਕਰਦੇ ਨੇ ਜਿਹੜੇ ਕਿ ਖਾਸ ਕਰ ਪਿੰਡਾਂ ਦੇ ਵਿੱਚ ਕਿਉਂਕਿ ਮੈਂ ਹਾਲਾਤ ਇਹੋ ਜਿਹੇ ਵੀ ਦੇਖਿਆ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਆ ਰਾਤ ਨੂੰ ਰੋਟੀਆਂ ਖਾ ਕੇ ਵੀ ਨਹੀਂ ਸੌਂਦੇ ਸਵੇਰੇ ਢਿੱਡ ਦੁਖਦੇ ਹੁੰਦੇ ਸਕੂਲਾਂ ਵਿੱਚ ਜਦੋਂ ਪੜਨ ਜਾਂਦੀ ਨੇ ਚਲੋ ਇਹ ਤਾਂ ਖੈਰ ਆਪਣੇ ਪੰਜਾਬ ਦੇ ਹਾਲਾਤ ਨੇ ਹੌਲੀ-ਹੌਲੀ ਠੀਕ ਹੋਣਗੇ ਮਿੱਡੇ ਮੀਲ ਵਗੈਰਾ ਚਲੋ ਹੁਣ ਵਧੀਆਂ ਬਣਨ ਲੱਗ ਗਏ ਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਾਫੀ ਚੀਜ਼ਾਂ ਵੀ ਚੇਂਜ ਕੀਤੀਆਂ ਬਟ ਹੁਣ ਆਪਾਂ ਮੇਨ ਗੱਲ ਮੁੱਦੇ ਦੀ ਇਹ ਆਈ ਹੈ ਦੋਸਤੋ ਵੀ ਕਿਤੇ ਐ ਨਾ ਹੋ ਜ ਦੇ ਪਏ ਆਪਨੀ ਆਮ ਆਦਮੀ ਪਾਰਟੀ ਸਰਕਾਰ ਕਿਤੇ ਉਹ ਬੱਚੇ ਵਾਂਝੇ ਨਾ ਰਹਿ ਜਾਣ ਜਿਨ੍ਹਾਂ ਦੀ ਉਮਰ ਲੱਗ ਗਈ ਹੈ ਦੇੰਦਪਾਉ ਜਿਹੜੇ ਪੜਦੇ-ਪੜਦੇ ਮਤਲਬ ਪੜਦੇ ਹੀ ਰਹਿ ਗਏ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਆਮ ਆਦਮੀ ਪਾਰਟੀ ਸਰਕਾਰ ਅੱਗੇ ਆਪਾਂ ਇਹੀ ਅਪੀਲ ਰੱਖਣਾ ਚਾਹਾਂਗੇ ਪਹਿਲਾਂ ਤਾਂ ਏਜ ਫੈਕਟਰ ਦਾ ਸਭ ਤੋਂ ਜ਼ਰੂਰੀ ਮੁੱਦਾ ਜਿਹੜਾ ਉਹ ਸਾਰੇ ਬੱਚਿਆਂ ਦਾ ਹੱਲ ਕੀਤਾ ਜਾਵੇ ਜਿਹੜੀਆਂ ਵੀ ਨਵੇਂ ਰੁਜ਼ਗਾਰ ਕੱਢਿਆ ਜਾਵੇ ਤਾਂ ਉਸ ਦੇ ਵਿੱਚ ਵੱਧ ਤੋਂ ਵੱਧ ਕਹਿਣ ਦਾ ਭਾਵ ਏਜ ਫੈਕਟਰ ਰੱਖਣ ਦੀ ਕੋਸ਼ਿਸ਼ ਕਰਨ ਹਾਲਾਂਕਿ ਜਿਹੜੀਆਂ ਆਫੀਸ਼ੀਅਲੀ ਪਿਛਲੀਆਂ ਭਰਤੀਆਂ ਚੱਲਦੀਆਂ ਆ ਰਹੀਆਂ ਉਸ ਦੇ ਵਿੱਚ ਚਲੋ ਆਪਣੀ ਬਦਲਾਅ ਨਹੀਂ ਹੋ ਸਕਦੀ ਇਹ ਸਮਝ ਸਕਦੇ ਆਪਾਂ ਬਟ ਜਿਹੜੇ ਹੁਣ ਤੁਸੀਂ ਨਵੇਂ ਰੁਜ਼ਗਾਰ ਕੋਈ ਵੀ ਪੇਸ਼ ਕਰੋ ਤਾਂ ਡੈਫੀਨੇਟਲੀ ਉਸ ਦੇ ਵਿੱਚ ਜਨਰਲ ਕੋਟੇ ਤੋਂ ਲੈ ਕੇ ਸਾਰੀ ਕੈਟਾਗਰੀਜ਼ ਨੂੰ ਥੋੜਾ ਜਿਹਾ ਮਤਲਬ ਕਿ ਏਜ ਫੈਕਟਰ ਨੂੰ ਥੋੜਾ ਜਿਹਾ ਮੱਧੇਨਜਾ ਜ਼ਰੂਰ ਰੱਖਣ ਜਿਵੇਂ ਕਿ 28 ਸਾਲ ਤੱਕ ਹਰੇਕ ਦੀ ਹੱਦ ਹੁੰਦੀ ਹੈ ਉਸ ਨੂੰ ਕਮ ਸੇ ਕਮ 32 ਜਾਂ 33 ਤੱਕ ਤਾਂ ਜ਼ਰੂਰ ਲੈ ਕੇ ਜਾਣਾ ਦੂਸਰੀ ਗੱਲ ਇਹ ਆ ਦੋਸਤੋ ਹੁਣ TWS ਕਨਸਟੇਬਲ ਤੇ SI ਦੀ ਭਰਤੀ ਦੇ ਜਿਹੜੇ ਰਿਜ਼ਲਟ ਹਜੇ ਉਹ ਵੀ ਪੈਂਡਿੰਗ ਪਏ ਆ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸੀ ਦੇ ਵੀ ਰਿਜ਼ਲਟ ਕਾਫੀ ਪੈਂਡਿੰਗ ਪਏ ਆ ਜਿਹੜੇ ਪਿਛਲੇ ਸਾਲਾਂ ਚ ਹੋਏ ਆ ਪੇਪਰ ਬੜੇ ਹੀ ਸੋਖੇ ਪੇਪਰ ਸੀ ਬੱਚਿਆਂ ਨੇ ਕਰੈਕ ਕੀਤੇ ਆ ਬੱਚੇ ਆਪ ਕਹਿ ਰਹੇ ਆ ਵੀ ਸਾਡਾ ਰਿਜ਼ਲਟ ਆ ਜਾਵੇਗਾ ਉਸ ਵਿੱਚੋ ਹੀ ਜੇ ਅਗਰ ਭਗਵੰਤਮਾਨ ਸਰਕਾਰ ਅੱਜ ਰਿਜ਼ਲਟ ਕੱਢੇ ਤਾਂ ਸਾਡੀ ਜਿਹੜੀ ਆ ਸਾਲਾਨਾ ਭਰਤੀ ਦੀ ਜਿਹੜੀ ਸੀਟ ਭਰੀ ਜਾਣੀ ਆ ਉਹ ਕਿਸੇ ਹੋਰ ਬੱਚੇ ਦੇ ਨਾਮ ਹੋ ਜਾਵੇਗੀ ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇ ਭਗਵੰਤਮਾਨ ਸਰਕਾਰ ਇਹਨਾਂ ਵੱਲ ਤੇ ਦੇਖੋ ਫਾਇਰਮੈਨ ਦੀ ਭਰਤੀ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਇਸ ਦੇ ਮੈਨੂੰ ਲੱਗਦਾ ਐਗਜ਼ਾਮ ਵੀ ਹੋਏ ਨੇ ਸ਼ਾਇਦ ਤੇ ਬਾਕੀ ਦੋਸਤੋ ਇੱਕ ਵਾਰੀ ਦੱਸਿਓ ਜਰੂਰ ਕਮੈਂਟ ਸੈਕਸ਼ਨ ਵਿੱਚ ਇਸ ਨੂੰ ਲੈ ਕੇ ਵੀ ਕਾਫੀ ਮੁੱਦਾ ਉੱਠਿਆ ਆਇਆ ਵੀ ਰਿਜ਼ਲਟ ਹਜੇ ਤੱਕ ਨਹੀਂ ਆਇਆ ਸਾਡਾ ਤੇ ਬੱਚੇ ਕਾਫੀ ਕਹਿੰਦਾ ਪਾਵਰ ਕਹਿੰਦੇ ਆ ਇਸ ਦੇ ਵਿੱਚ ਰਿਕਰੂਟਮੈਂਟ ਕਾਫੀ ਵਿਹਲੀਆਂ ਪਈਆਂ ਨੇ ਕਾਫੀ ਤਾਂ ਤੇ ਰਿਟਾਇਰਮੈਂਟ ਵੀ ਹੋ ਚੁੱਕੀਆਂ ਨੇ ਜਿਸ ਕਰਕੇ ਮਤਲਬ ਕਿ ਬੱਚੇ ਚਾਹੁੰਦੇ ਆ ਵੀ ਇਸ ਤੇ ਸਾਨੂੰ ਭਰਤੀ ਕੀਤਾ ਜਾਵੇ ਤੇ ਆਉਣ ਵਾਲੀ ਪੀੜੀ ਜਿਹੜੀ ਹੁਣ ਕਹਿੰਦਾ ਪਾਵ ਹੁਣ ਜਿਹੜੇ ਨਵੇਂ ਜਵਾਨ ਨੇ ਹਜੇ ਤਿਆਰ ਨਹੀਂ ਇਸ ਚੀਜ਼ ਨੂੰ ਪੋਸਟ ਨਾ ਰੱਖ ਕੇ ਤੇ ਇਸ ਦੀ ਭਰਤੀ ਦੁਬਾਰਾ ਕਰਾਈ ਜਾਵੇ ਸਾਲਾਨਾ ਭਰਤੀ ਇਸ ਦੀਆਂ ਵੀ ਸ਼ੁਰੂ ਕੀਤੀਆਂ ਜਾਣ ਤੇ ਇੱਕ ਦੋਸਤੋ ਐਨੂਅਲ ਭਰਤੀ ਨਾਲ ਬੜੀ ਮਾੜੀ ਹੋਈ ਦੋਸਤਾਂ ਨਾਲ ਮੈਨੂੰ ਹਜੇ ਤੱਕ ਫੀਲ ਹੁੰਦਾ ਕਦੇ-ਕਦੇ ਮੈਂ ਇੰਟਰਵਿਊਜ਼ ਹਜੇ ਵੀ ਵੇਖਦਾ ਤਾਂ ਉਸ ਦੇ ਵਿੱਚ ਕੀ ਹੁੰਦਾ ਬੱਚੇ ਘਰ ਚ ਰੋ ਰੋ ਕੇ ਜਾਂਦੇ ਪਏ ਆ ਵੀ ਉਹਨਾਂ ਨੇ ਇਹੀ ਗੱਲ ਅਪੀਲ ਕੀਤੀ ਹੈ ਸਾਹਮਣੇ ਵੀਡੀਓ ਕੈਮਰੇਆਂ ਦੇ ਜ਼ਰੀਏ ਉਹਨਾਂ ਨੇ ਉੱਥੇ ਵੀ ਇਹੀ ਕਿਹਾ ਵੀ ਅਸੀਂ 6 6 ਮਹੀਨੇ ਜਦੋਂ ਦੀ ਸਰਕਾਰ ਨੇ ਭਰਤੀ ਕੀਤੀ ਅਸੀਂ ਬਹੁਤ ਖੁਸ਼ ਸੀ ਭਗਵੰਤ ਮਾ ਸਰਕਾਰ ਨੇ ਭਰਤੀ ਰੱਖੀ ਤੇ ਸਾਲਾਨਾ ਭਰਤੀ ਰੱਖੀ ਤੇ ਬਟ ਕੱਲ ਕੀ ਹੋਈ ਅਸੀਂ ਜਿਹੜੇ ਇੰਸਟੀਚੂਟਸ ਦੇ ਵਿੱਚ ਲੱਗੇ ਸੀ ਉਹਨਾਂ ਨੇ ਸਿਰਫ ਉਹੀ ਸਿਲੇਬਸ ਕਰਾਇਆ ਜਿਹੜਾ ਕਿ ਉਹਨਾਂ ਨੇ ਆਫੀਸ਼ੀਅਲੀ ਦਿੱਤਾ ਹੋਇਆ ਸੀ ਬਟ TCS ਡਿਪਾਰਟਮੈਂਟ ਦੀ ਮੂਰਖਤਾ ਨੇ ਸਮਝ ਲਓ ਜਾਂ ਫਿਰ ਆਪਾਂ ਨੂੰ ਅਣਗੇਲੀ ਸਮਝ ਲਓ ਜਾਂ ਫਿਰ ਕਹਿੰਦਾ ਪਾ ਸਾਨੂੰ ਐਡਵਾਂਸ ਦੇ ਵਿੱਚ ਕੁਝ ਦੱਸਿਆ ਨਹੀਂ ਤੇ ਬੱਚਿਆਂ ਨੇ ਉਹੀ ਸਿਲੇਬਸ ਕਰਕੇ ਗਏ ਤੇ ਪੇਪਰ ਜਿਹੜਾ ਜਿਵੇਂ ਹੀ ਮਤਲਬ ਉਲਟ ਆਇਆ ਬੱਚਾ ਕਾਫੀ ਨਰਾਜ਼ ਦੇਖਣ ਨੂੰ ਮਿਲਿਆ ਮਾਪਿਓ ਆਪਣੇ ਮਿਡਲ ਕਲਾਸ ਫੈਮਲੀਸ ਤੋਂ ਬਿਲੋਂਗ ਕਰਦੇ ਆ ਤੇ ਬੱਚਿਆਂ ਦੇ ਮਾਪਿਓ ਲਗਭਗ 15 ਜਾਂ 16 ਹਜ਼ਾਰ ਰੁਪਏ ਫੀਸ ਹੁੰਦੀ ਹੈ ਅਗਰ ਆਪਾਂ 6 ਮਹੀਨਿਆਂ ਦੀ ਕੋਸਟ ਲਾਈਏ ਜੇ ਅਗਰ ਬੱਚਾ ਜੇ ਅਗਰ ਇੰਸਟੀਚਿਊਟ ਤੋਂ ਸਟੱਡੀ ਕਰ ਰਿਹਾ ਹੈ ਤੇ 16 ਹਜ਼ਾਰ ਰੁਪਏ ਇੱਕ ਬਹੁਤ ਹੀ ਗਰੀਬ ਘਰ ਦੇ ਵਿੱਚੋਂ ਜੇ ਅਗਰ ਬੱਚਾ ਦਿੰਦਾ ਹੈ ਮਤਲਬ ਜਿਸ ਦੇ ਘਰੇ ਰੋਟੀ ਖਾਣ ਨੂੰ ਵੀ ਕਹਿੰਦਾ ਪਾਉ ਔਖਾ ਹੁੰਦਾ ਕੰਮ ਬਟ ਉਹਦੇ ਘਰਦਿਆਂ ਦਾ ਸੁਪਨਾ ਹੈ ਵੀ ਸਾਡਾ ਬੱਚਾ ਵਧੀਆ ਨੌਕਰੀ ਲੱਗੇ ਤਾਂ ਕਿ ਜ਼ਿੰਦਗੀ ਉਹਨਾਂ ਦੀ ਵਧੀਆ ਬਣ ਸਕੇ ਬਿਹਤਰ ਬਣ ਸਕੇ ਜਿਹੜਾ ਅੱਜ ਦਾ ਮਾਡਰਨ ਜ਼ਮਾਨਾ ਚੱਲ ਰਿਹਾ ਹੈ ਉਹਨਾਂ ਵਰਗੇ ਹੀ ਬਣ ਸਕੇ ਤੇ ਉਹ ਲਾਈਫ ਨਾਲ ਜੁੜ ਸਕਣ ਬਟ ਕੀ ਹੋਈਏ ਦੋਸਤੋ ਪੇਪਰ ਹੁਣ ਉਲਟ ਹੋਣ ਕਰਕੇ ਬੱਚਿਆਂ ਦੇ TCS ਡਿਪਾਰਟਮੈਂਟ ਨੇ ਮੂਰਖਤਾ ਮੰਗੂ ਪੇਪਰ ਪਾ ਕੇ ਉਹਨਾਂ ਨਾਲ ਐਡਾ ਵੱਡਾ ਖਿਲਵਾੜ ਕੀਤਾ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚੀ ਵੀ ਬੱਚਿਆਂ ਦੇ ਮਾਪਿਓ ਇੱਕ ਟਾਈਮ ਦੀ ਰੋਟੀ ਛੱਡ ਕੇ 16-17000 ਰੁਪਿਆ ਪੇ ਕਰਦੇ ਸੀ ਫੀਸ ਦਾ ਤਾਂ ਕਿ ਬੱਚਾ 6 ਮਹੀਨਿਆਂ ਵਿੱਚ ਸਾਡਾ ਤਿਆਰ ਹੋ ਕੇ ਨੌਕਰੀ ਤੇ ਲੱਗ ਜਾਵੇ ਤੇ ਘਰ ਦਾ ਕੁਝ ਸਵਾਰ ਦਵੇ ਪਰ ਹੁਣ ਦੋਸਤੋ ਜੇ ਅਗਲੀ ਅਗਲਾ ਬੱਚਾ ਇੱਕ ਵਾਰੀ ਫੇਰ ਟਰਾਈ ਕਰਦਾ ਮੰਨ ਲਓ ਤੁਸੀਂ ਸਪੋਜ਼ ਕਰੋ ਵੀ ਉਹੀ ਬੱਚਾ ਗਰੀਬ ਬੱਚਾ ਜੇਕਰ ਟਰਾਈ ਕਰਦਾ ਦੂਸਰੇ ਸਾਲ ਫੇਰ ਤੇ ਉਸ ਨੂੰ 16000 ਰੁਪਏ ਦੁਬਾਰਤ ਜਮਾ ਕਰਾਉਣਾ ਪਵੇਗਾ ਕਈ ਇੰਸਟੀਚੂਟਸ ਨੇ ਤਾਂ ਚਲੋ ਇਦਾਂ ਵੀ ਉਹੀ ਫੀਸ ਦੇ ਵਿੱਚ ਥੋੜੇ ਬੋਤੇ ਵਧਾ ਕਰਕੇ ਕਹਿੰਦਾ ਪਾਬ ਜੀ ਅਕਾ ਤੁਸੀਂ ਪਿਛ ਪਹਿਲਾਂ ਕੋਚਿੰਗ ਲਈਤੀ ਸੀ ਉਸ ਦੇ ਵਿੱਚ 1-2000 ਰੁਪਏ ਹੋਰ ਐਕਸਟਰਾ ਲੈ ਕੇ ਬਸ ਕੱਲਾ ਤੇ ਉਸ ਨੂੰ ਦੁਬਾਰਾ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਬੱਚਿਆਂ ਨੂੰ ਬਟ ਕੁਝ ਇੰਸਟੀਚਿਊਟ ਇਹੋ ਜਿਹਾ ਦੁਬਾਰ ਤੋਂ ਪੈਸੇ ਮੰਗ ਰਹੇ ਨੇ ਵੀ ਦੁਬਾਰ ਤੋਂ ਆਪਾਂ ਸਿਲੇਬਸ ਕਰਾਂਗੇ ਜਿਹੜਾ ਆਪਣਾ ਹੁਣ ਨਵਾਂ ਆਇਆ ਕਿਉਂਕਿ ਉਹਨਾਂ ਨੂੰ ਆਪਦਾ ਘਰ ਚਲਾਣ ਦੀ ਪਈ ਐ ਤੇ ਬੱਚਿਆਂ ਨੂੰ ਆਪਦੀ ਨੌਕਰੀ ਦੀ ਪਈ ਐ ਸੋ ਇਹ ਦੋਵੇਂ ਚੀਜ਼ਾਂ ਵਿੱਚ ਆਉਣ ਦੇ ਕਰਕੇ ਬੱਚਾ ਤਾਂ ਪੀਸਿਆ ਜਾਂਦਾ ਦੋਸਤੋ ਸਹੀ ਦੱਸਾਂ YouTube ਉੱਤੇ ਵੀ ਇੰਨਾ ਜ਼ਿਆਦਾ ਵਧੀਆ ਸਿਲੇਬਸ ਹੈ ਨਹੀਂ ਕਿ ਤੂੰ ਆਪਾਂ ਬੱਚਾ ਵਧੀਆ ਪੜ ਸਕੀ ਕਈ ਚੈਨਲਸ ਹੈਗੇ ਜਿਹੜੇ ਫ੍ਰੀ ਆਫ ਕੋਸਟ ਜਿਹੜੇ ਸਟੱਡੀ ਕਰਾਉਂਦੇ ਆ ਕਾਫੀ ਚੀਜ਼ਾਂ ਹੈਗੀਆਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਸਬ ਇੰਸਪ ਫਰੈਂਡਸ ਨੂੰ ਵੀ ਉਹ ਵੀ ਸਾਡੇ ਨਾਲ ਜੁੜਨ ਜਿਹੜੇ ਹੈਗੇ ਆ ਸਬਜੈਕਟਸ ਨੂੰ ਲੈ ਕੇ ਬਟ ਮੈਂ ਕੋਸ਼ਿਸ਼ ਜ਼ਰੂਰ ਕਰ ਰਿਹਾ ਵੀ ਤੁਹਾਡੇ ਲਈ ਅਗਲੇ ਮਹੀਨੇ ਤੱਕ ਆਪਾਂ ਸ਼ੁਰੂ ਕਰਾਂਗੇ ਦੂਸਰੀ ਗੱਲ ਹੈ ਦੋਸਤੋ ਹੈਲਥ케ਅ ਡਿਪਾਰਟਮੈਂਟ ਦੇ ਵੀ ਕਾਫੀ ਐਗਜ਼ਾਮ ਪੈਂਡਿੰਗ ਨੇ ਪੀਐਸ ਟੈਟ ਦੇ ਜਿਹੜੇ ਐਗਜ਼ਾਮਸ ਐ ਉਸ ਦੇ ਵਿੱਚ ਵੀ ਕਾਫੀ ਬੱਚਿਆਂ ਦੇ 3-3 4-4 ਨੰਬਰ ਤੋਂ ਰਹਿ ਗਏ ਨੇ। ਉਹ ਬੱਚੇ ਵਿਚਾਰੇ ਹਰਜੋਤ ਕਮਲ ਜੀ ਜਿਹੜੇ ਆਪਣੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨਾਲ ਬਹੁਤ ਕਹਿਣ ਦਾ ਬਾਰਤਾਲਾਬ ਕਰ ਰਹੇ ਨੇ ਵੀ ਸਰ ਸਾਨੂੰ 5 ਨੰਬਰ ਦੀ ਗ੍ਰੇਸ ਦੇ ਦੋ ਜਿਹੜੇ ਤੁਸੀਂ 20-25000 ਟੀਚਰ ਰੱਖਣੇ ਐ ਉਹਨਾਂ ਵਿੱਚ ਸਾਡਾ ਨੰਬਰ ਆ ਜਾਵੇਗਾ ਜੇ ਅਗਰ ਤੁਸੀਂ ਸਾਡੀ ਇੰਨੀ ਹੈਲਪ ਕਰ ਦੋ ਪਰ ਕੀ ਕਰੀਏ ਦੋਸਤੋ ਇਹ ਵੀ ਨਹੀਂ ਕਰ ਸਕਦੇ ਕਿਉਂਕਿ ਹੋਰ ਵੀ ਪਰਤੀਆਂ ਵਾਲੇ ਪ੍ਰੋਟੈਸਟ ਕਰਨੇ ਸ਼ੁਰੂ ਕਰ ਦੇਣਗੇ ਵੀ ਉਹਨਾਂ ਨੂੰ ਗ੍ਰੇਸ ਮਾਰਕਸ ਮਿਲ ਗਈ ਸਾਡੇ ਵਾਰੀ ਕੀ ਹੋਇਆ ਸੀਗਾ। ਦੂਸਰੀ ਕੱਲ ਸੋ ਜਿਹੜੇ TCS ਡਿਪਾਰਟਮੈਂਟ ਆ ਉਹਨਾਂ ਨੇ ਪਹਿਲਾਂ ਆਫੀਸ਼ੀਅਲੀ ਨੋਟਿਸ ਵੀ ਨਹੀਂ ਦਿੱਤਾ ਵੀ ਅਸੀਂ ਸਿਲੇਬਸ ਚੇਂਜ ਕਰ ਰਹੇ ਹਾਂ ਐਨੂਅਲ ਭਰਤੀ ਦਾ ਜਿਸ ਕਰਕੇ ਕਨਸਟੇਬਲ ਦੇ ਪੇਪਰ ਨੂੰ ਅਸੀਂ ਸਬ ਇਨਸਪੈਕਟਰ ਦੇ ਪੇਪਰ ਦੇ ਲੈਵਲ ਦਾ ਕਰ ਰਹੇ ਹਾਂ ਤਾਂ ਕਿ ਬੱਚਾ ਤਿਆਰੀ ਵੀ ਕਰ ਸਕੇ ਬੱਚਾ ਵਿਚਾਰਾ ਉਹ ਪੁਰਾਣੇ ਸਿਲੇਬਸ ਨੂੰ 10 ਵਾਰ ਰਿਪੀਟ ਕਰ ਚੁੱਕਿਆ ਦਿਨ ਚ ਤੇ ਉਹ ਬੱਚੇ ਨੂੰ ਹੁਣ ਕਿੱਥੋਂ ਨਵਾਂ ਸਿਲੇਬਸ ਕਰੇ ਹਨਾ ਜੀ ਸੋ ਜਿਸ ਕਰਕੇ ਨਵੇਂ ਸਿਲੇਬਸ ਨੂੰ ਤਾਂ ਹੁਣ ਉਹਨਾਂ ਨੂੰ ਰਟਣਾ ਦੁਬਾਰਾ ਪੜ੍ਹਣਾ ਹੀ ਪੈਣਾ ਚਲੋ ਕੋਈ ਚੱਕਰ ਨਹੀਂ ਬਟ ਜਿਹੜਾ ਉਹਨਾਂ ਦਾ ਹੁਣ ਖਰਚਾ ਗਿਆ 16-17000 ਰੁਪਿਆ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਹੁਣ ਸਾਨੂੰ ਤੁਹਾਨੂੰ ਤੁਹਾਡੇ ਵਰਗੇ ਭੈਣ ਭਰਾ ਨੂੰ ਤਾਂ ਇਦਾਂ ਹੀ ਹੋਵੇਗਾ ਵੀ ਚਲੋ ਕੋਈ ਨਹੀਂ ਅਗਲੀ ਵਾਰ ਫੇਰ ਟਰਾਈ ਕਰ ਲਾਂਗੇ ਬਟ ਜਿਹੜੇ ਬੱਚੇ ਗਰੀਬ ਘਰਾਂ ਦੇ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਅਗਲੀ ਵਾਰ ਟਰਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹੀ ਹਰਜਾਨਾ ਬਹੁਤ ਮਹਿੰਗਾ ਪੈ ਰਿਹਾ ਜਿਹੜਾ ਉਹਨਾਂ ਨੇ ਇੰਸਟੀਚੂਟ 'ਚ ਦਿੱਤਾ ਸੀ ਉਹ ਇੰਸਟੀਚੂਟ ਦੀਆਂ ਜਾ ਕੇ ਮਿੰਤਾ ਕਰਦੇ ਪਏ ਆ ਵੀ ਸਾਨੂੰ ਥੋੜੀ ਜੀ ਅਮਾਉਂਟ ਵਾਪਿਸ ਕਰ ਦਿਓ ਤਾਂ ਕਿ ਅਸੀਂ ਦੁਬਾਰਾ ਤੁਹਾਡੇ ਇੰਸਟੀਚੂਟ ਲੱਗ ਕੇ ਅਸੀਂ ਜਿਹੜਾ ਹੈਗਾ ਆਪਣੀ ਸਟੱਡੀ ਸਟਾਰਟ ਕਰ ਦਵਾਂਗੇ ਬਟ ਕੀ ਕਰੀਏ ਦੋਸਤੋ ਕਈ ਆਫੀਸ਼ੀਅਲ ਇੰਸਟੀਚੂਟ ਐਸ ਕਰ ਸਕਦੇ ਤੇ ਕਈ ਇਹੋ ਜਿਹੇ ਨੇ ਫਿਰ ਵੀ ਦਿਆਲਤਾ ਵਾਲੇ ਨੇ ਜਿਹੜੇ 2-3000 ਰੁਪਏ ਵੱਧ ਲੈਣਗੇ ਕਹਿੰਦੇ ਅਸੀਂ ਉਹੀ ਸਿਲੇਬਸ ਦੁਆਰ ਤੋਂ ਨਵਾਂ ਜਿਹੜਾ ਆਇਆ ਸਿਲੇਬਸ ਅਸੀਂ ਉਸ ਨੂੰ ਰਿਪੀਟ ਕਰਾ ਦਵਾਂਗੇ ਉਸ ਨੂੰ ਸਮਝਾ ਦਵਾਂਗੇ ਬੱਚਿਆਂ ਨੂੰ ਸੋ ਇਹੋ ਜਿਹੇ ਇੰਸਟੀਚਿਊਟ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਬੱਚਿਆਂ ਦੀ ਹੈਲਪ ਕਰ ਰਹੇ ਨੇ ਬਾਕੀ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਗਾ ਆ ਬਾਕੀ ਪੈਂਡਿੰਗ ਸਟੇਟਸ ਵਾਲੀਆਂ ਜਿਹੜੀਆਂ ਜੋਬਸ ਐ ਇਹ ਤਾਂ ਚਲੋ ਇੱਕ ਨਾ ਇੱਕ ਦਿਨ ਹੱਲ ਹੋ ਹੀ ਜਾਣੀਆਂ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਹੱਲ ਕਰ ਦੇਣੇ ਐ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਮੈਂ ਵੀ ਜੋਬਸ ਉਤੇ ਬਾਏ ਬਿਠਾਈ ਦੇਵੀ ਜਿਹੜੇ ਨਵੇਂ ਆਲੀ ਉਹਨਾਂ ਲਈ ਜਿਹੜੀਆਂ ਸੀਟਾਂ ਜਿਹੜੀਆਂ ਹੁਣ ਭਰਨੀਆਂ ਸੀ ਨਵੇਂ ਬੱਚਿਆਂ ਨੇ ਪੁਰਾਣੇ ਬੱਚਿਆਂ ਦੁਆਰਾ ਉਹ ਨਵੇਂ ਬੱਚਿਆਂ ਨੂੰ ਮਿਲ ਮਿਲ ਸਕਣ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਵੱਧ ਤੋਂ ਵੱਧ ਇਹੀ ਉਮੀਦ ਹੋ ਸਕਦੀ ਹੈ ਵੀ ਬੱਚੇ ਜਿਹੜੇ ਹੁਣ ਜੋਬਸ ਦੀ ਵੱਧ ਤੋਂ ਵੱਧ ਤਿਆਰੀ ਕਰਨ ਕਿਉਂਕਿ ਹੁਣ ਮਾਡਰਨ ਜਮਾਨਾ ਹੈ ਮਾਡਰਨ ਜਮਾਨੇ ਵਿੱਚ ਹਰ ਚੀਜ਼ ਮਹਿੰਗੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਤਾਂ ਸਗੋਂ ਤੁਹਾਨੂੰ ਬਹੁਤ ਔਖਾ ਹੋਵੇਗਾ ਇਕੱਲੀ ਜੋਬ ਨਾਲ ਹੀ ਨਹੀਂ ਸਰਨਾ ਸਗੋ ਤੁਹਾਨੂੰ ਬਿਜ਼ਨਸ ਨਾਲ ਕਰਨਾ ਪੈਣਾ ਤਾਂ ਹੀ ਤੁਸੀਂ ਆਪਣੀ ਖੁਆਇਸ਼ਾਂ ਪੂਰੀਆਂ ਕਰ ਸਕੋਗੇ ਸੋ ਜੇ ਪਹਿਲਾਂ ਬੱਚਾ ਜੋਬ ਪ੍ਰਾਪਤ ਵੀ ਬੱਚਿਆਂ ਨੂੰ ਇੱਕ ਜੋਬਸ ਦੇ ਸਕੇਗਾ ਬਿਜ਼ਨਸ ਦੇ ਵਿੱਚ ਆਪਦੇ ਜਿਹੜੇ ਬੱਚੇ ਪਿਛਲੇ ਸਾਲਾਂ ਤੋਂ ਨਹੀਂ ਲੱਗ ਸਕੇ ਜਿਹੜੀ ਉਮਰਾਂ ਕਰਕੇ ਲੰਘ ਗਏ ਜਾਂ ਫਿਰ ਜਿਨ੍ਹਾਂ ਤੋਂ ਪੜਿਆ ਨਹੀਂ ਜਾਂਦਾ ਉਹਨਾਂ ਉਹਨਾਂ ਨੂੰ ਰੋਜ਼ਗਾਰ ਇਹੀ ਪ੍ਰੋਵਾਈਡ ਕਰਾਂਗੇ ਸੋ ਬਾਕੀ ਦਾ ਸਾਡੀ ਇਹੀ ਅਪੀਲ ਹੈ ਵੀ ਵੱਦੋ ਵੱਦ ਬੱਚਿਓ ਹੁਣ ਪੜੋ ਹੁਣ ਇਹ ਨਾ ਸੋਚੋ ਪੁਰਾਣੀਆਂ ਸਰਕਾਰਾਂ ਨੇ ਤੁਹਾਡੇ ਨਾਲ ਬਹੁਤ ਮਾੜੀ ਕੀਤੀ ਹੈ ਹੁਣ ਤੁਸੀਂ ਉਹਨਾਂ ਦੇ ਚਪੇੜ ਮਾਰੋ ਇੱਕ ਹਿਸਾਬ ਦੀ ਇਹੀ ਪਾਰਟੀ ਨੂੰ ਜਿਤਾ ਕੇ ਕਿਉਂਕਿ ਮੈਂ ਤਾਂ ਇਸ ਪਾਰਟੀ ਦੇ ਤਾਂ ਹੱਕਚਾ ਕਿਉਂਕਿ ਇਹਨਾਂ ਨੇ 35-40 ਹਜ਼ਾਰ ਜਿਹੜੇ ਬੱਚੇ ਜੁਆਇਨਿੰਗ ਲੈਟਰ ਦੇ ਦਿੱਤੇ ਆ ਉਹ ਹਜੇ ਤੱਕ ਜਦ ਮਤਲਬ ਕਹਿਣ ਤਾਂ ਪਾ ਹੋਏ 9 ਮਹੀਨੇ ਨਹੀਂ ਹੋਏ ਸਰਕਾਰ ਨੂੰ ਚੰਗੀ ਤਰ੍ਹਾਂ ਤੇ ਉਸੇ ਕਰਕੇ ਵੀ ਮੈਂ ਇਸ ਸਰਕਾਰ ਤੇ ਮਾਣ ਕਰਦਾ ਬਾਕੀ ਸਰਕਾਰ ਨਾਲੋ ਬਾਕੀ ਜੇ ਤੁਹਾਨੂੰ ਵੀ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚਿਆਂ ਤੱਕ ਅਪੀਲ ਪਹੁੰਚ ਸਕੇ ਆਪਣੀ ਤੇ ਨਾਲ ਹੀ ਸਰਕਾਰ ਤੱਕ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਧੰਨਵਾਦ ਤੇ ਜੈ ਹਿੰਦ